ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਅੱਜ ਲੱਗੇ ਪਏ ਜੀ ਕਟਰ ਨੂੰ ਮੱਕੀ ਵਾਲੇ ਨੂੰ ਦੇਖਣ ਨੂੰ ਬਾਈ ਐਂ ਲੱਗਦਾ ਵੀ ਆਮ ਕਟਰ ਆ, ਪਰ ਜਦ ਆਪਾਂ ਕੰਪਨੀਆਂ ਦੇ ਵਿੱਚ ਦੇਖਣ ਜਾਂਦੇ ਹਾਂ ਨਾ ਕਟਰ, ਤਾਂ ਆਪਾਂ ਕਹਿੰਦੇ ਨਾ ਬਹੁਤ ਮਹਿੰਗਾ, 8 ਲੱਖ ਰੁਪਈਆ ਜਾਂ ਮੰਗਦੇ ਹਾਂ, 8 ਲੱਖ 7.5 ਲੱਖ ਦਾ ਆਪਾਂ ਲੈਂਦੇ ਹਾਂ ਨਾ ਚੀਜ਼, ਤਾਂ ਆਪਾਂ ਦੇਖਣ ਨੂੰ ਐਂ ਕਹਿੰਦੇ ਹਾਂ ਵੀ ਕੁਛ ਨਹੀਂ ਯਾਰ ਇਹਦਾ 8 ਲੱਖ ਦਾ ਕੀ ਆ, ਪਰ ਬਾਈ ਰਿਪੇਅਰ ਹੁੰਦੀ ਹੈ ਨਾ ਫਿਰ ਪਤਾ ਲੱਗਦਾ। ਉਹ ਕਹਿੰਦਾ ਡੁੰਮਣੇ ਵਾਲਾ ਕੰਮ ਆ ਵੀ ਜਿੱਥੇ ਮਰਜ਼ੀ ਹੱਥ ਲਾ ਲਾ ਉੱਥੇ ਦਾ ਰੰਗ ਵੱਜਦਾ, ਜਿੱਥੇ ਵਾਇਰਿੰਗ ਨਿਕਲ ਆਉਂਦਾ ਵੀ ਇੰਨੇ ਵਾਇਰਿੰਗ ਇੰਨੇ ਜ਼ਿਆਦੇ ਤੁਸੀਂ ਮੰਨੋਗੇ ਨਹੀਂ, 12-50 ਵਾਇਰਿੰਗ ਤਾਂ ਗੇਅਰਾਂ ਦੇ ਵਿੱਚ ਆ ਜਿਹੜੇ ਉੱਪਰਲੇ ਗੇਅਰ ਨੂੰ ਘੁਮਾਉਂਦੇ ਆ, 50 ਐਵੇਂ ਨਹੀਂ 50 12-12-24-48 ਸਾਈਡਾਂ ਵਾਲੇ ਹੱਲੇ ਅਜੇ ਸਾਈਡਾਂ ਤੇ ਅਜੇ ਮੈਂ ਘੱਟੋ ਘੱਟ ਵੀ ਤੁਸੀਂ ਮੰਨੋ ਗੇਅਰ ਦੇ ਨੂੰ ਜੁਆਇੰਟ ਕਰਦਾ ਉਹਦੇ ਵਿੱਚ 2 ਵਾਇਰਿੰਗ ਬਹੁਤ ਆ ਵਾਇਰਿੰਗ, ਘੱਟੋ ਘੱਟ ਵੀ 150 ਵਾਇਰਿੰਗ ਹੋਊਗਾ ਕਟਰ ਦੇ ਵਿੱਚ, ਜ਼ਿਆਦਾ 165 ਕਿੰਨੇ ਕੰਪਨੀ ਵਾਲੇ ਕਹਿੰਦੇ ਸੀ ਪਤਾ ਨਹੀਂ, 160 ਸ਼ਾਇਦ ਨਹੀਂ ਆ ਜਾਓ ਤਾਂ ਤੁਹਾਨੂੰ ਦਿਖਾਈਏ ਫਿਰ 168 ਵਾਇਰਿੰਗ ਜੇ ਵੀ ਮਰਜ਼ੀ ਹੱਥ ਲਾ ਲਓ ਇੰਨੇ ਵਾਇਰਿੰਗ ਵੀ ਮੈਂ ਨਹੀਂ ਕਿਤੇ ਦੇਖੇ। ਉਹ ਕਹਿਣਾ ਸੌਖਾ ਮੱਕੀ ਵਾਲਾ ਕਰਨ ਦਾ ਬਾਈ ਪੈਸੇ ਇੰਨੇ ਆ, 2 ਤਾਂ ਇਹਦੇ ਵਿੱਚ ਆ ਇੱਕ 'ਚ, ਠੀਕ ਆ ਇਹ ਕਿੰਨੇ ਆ ਮਨੀ 12 ਜੀ 2-4-6-8-10-12 ਇੱਕ 'ਚ 2 ਆ 12 ਹੈ, ਕਿੰਨੇ ਹੋ ਗਏ 24 ਇਹ ਹੋ ਗਏ, ਬਾਕੀ ਉਹਦੇ ਬਾਅਦ ਪਿੱਛੇ ਗੇਅਰ ਆ ਬਾਈ ਉਹਦੇ, ਉਧਰ ਰਾਜੂ ਪੱਟਣ ਲੱਗਾ ਤਾਂ ਉੱਪਰਲੇ ਗੇਅਰ 24 ਉਹਦੇ 'ਚ ਆ, 24 ਉਹਦੇ 'ਚ ਆ ਨਾ ਉਹ ਡਬਲ, ਹਾਂ 24 ਉਹ 'ਚ ਆ, 24 'ਚ ਵੀ 48 ਠੀਕ ਆ, 48 ਦੇ ਬਾਅਦ ਆਹ ਸਾਈਡਾਂ ਵਾ ਵਾਇਰਿੰਗ ਆ ਗੇਅਰਾਂ ਦੇ, ਠੀਕ ਆ ਹਾਂਜੀ ਇਹਦੇ ਵਿੱਚ ਵਾਇਰਿੰਗ ਆ, ਉਹਦੇ ਬਾਅਦ ਜਿਹੜਾ ਆਪਣਾ ਰੂਲਾ ਆ ਉਹਦੇ ਖੋਲਿਆ ਆਪਾਂ ਨੇ ਆਹ ਦੇਖੋ ਬਾਈ ਇੱਧਰ ਜਿਹੜਾ ਕਰਤਾਰ ਦੇ ਸਿਸਟਮ ਆ ਨਾ ਆਪਾਂ ਤੁਹਾਨੂੰ ਦਿਖਾਉਂਦੇ ਹੁੰਦੇ, ਚਲੋ ਨਵੇਂ ਕਟਰ ਦਾ ਰਿਵਿਊ ਵੀ ਤਾਂ ਆਪਾਂ ਦਿਖਾਉਂਦੇ ਹੀ ਰਹਿੰਦੇ, ਉਹ ਤੁਹਾਨੂੰ ਪੁਰਾਣੇ ਦਾ ਵੀ ਅੱਜ ਰਿਪੇਅਰ ਕਰਨ ਲੱਗੇ ਨਾ ਉਹ ਵੀ ਤੁਹਾਨੂੰ ਦਿਖਾਉਂਦੇ ਵੀ ਇਹਦਾ ਕੀ ਸਿਸਟਮ ਆ ਵਿੱਚ, ਅਤੇ ਜਿਹੜਾ ਨਾ ਆਪਣੇ ਚਲੋ ਆਪਾਂ ਰਿਪੇਅਰ ਤਾਂ ਕਦੇ ਕਰਿਆ ਨਹੀਂ ਕਟਰ, ਹੋਰ ਮਸ਼ੀਨਾਂ ਦੇ ਕਟਰ ਕਰੇ ਆ ਕਿ ਨਹੀਂ ਕਰੇ ਇਹਦੀ ਅੱਜ ਗੱਲ ਕਰਦੇ ਹਾਂ ਆਪਾਂ। ਇਹਦਾ ਜਿਹੜਾ ਬਲੇਟ ਆ ਸਭ ਤੋਂ ਮਹਿੰਗਾ ਬਲੇਟ ਜਿਹੜਾ ਬਿੱਟ ਵਾਲਾ ਬਲੇਟ ਆ ਆਹ ਲੱਗਿਆ ਹੋਇਆ ਤੁਹਾਡੇ ਸਾਹਮਣੇ, 150 ਗਿੱਲਾ ਵੱਢਾ ਹੈ ਮੱਕੀ ਦਾ ਜਿਹੜਾ ਬਲੇਟ ਹੈ ਪੂਰਾ ਹਜੇ ਵੀ ਪੂਰਾ ਖੜ੍ਹਾ, ਬਾਕੀ ਇਹਦੇ ਇੱਕ ਆਹ ਵਾਇਰਿੰਗ ਆ ਉਰੇ ਮੂਹਰੇ, ਉਹਦੇ ਬਾਅਦ ਜਿਹੜਾ ਦਾ ਸਿਸਟਮ ਆ ਨਾ ਸ਼ਾਫਟ ਕੱਢਣ ਦਾ ਇਹ ਬੜਾ ਵਧੀਆ ਲੱਗਿਆ ਸਿਸਟਮ, ਕਿਵੇਂ ਲੱਗਿਆ ਵੀ ਬਈ ਇੱਥੇ 2-19 ਨੰਬਰ ਦੇ 2 ਨਟ ਲੱਗੇ ਹੋਏ ਆ, ਜਿਵੇਂ ਆਹ ਇਹਨੂੰ ਲੱਗੇ ਹੋਏ ਆ ਅਤੇ ਉਰੇ ਲੱਗੇ ਹੋਏ ਆ, ਇਹ ਨਟ ਖੋਲੋ ਸਿਰਫ ਸਪਲਾਈਨਰ ਵਾਲਾ ਜਿਵੇਂ ਐਕਸਲ ਪਾਉਂਦੇ ਹਾਂ ਨਾ ਆਪਾਂ ਕਰਾਉਸ ਵਾਲਾ ਕੰਮ ਆ, ਇੱਥੇ ਕੋਈ ਨਟ ਨਹੀਂ ਕੋਈ ਲੋਕ ਨਹੀਂ, ਇਹ ਨਟ ਖੋਲ ਕੇ 19 ਨੰਬਰ ਦਾ ਉਰੇ ਅਤੇ ਆਪਾਂ ਸ਼ਾਫਟ ਆ ਜਿਹੜੀ ਸਾਰੀ ਬਾਹਰ ਕੱਢ ਸਕਦੇ ਹਾਂ, ਬਹੁਤ ਵਧੀਆ ਸਿਸਟਮ ਲੱਗਿਆ ਇਹਦਾ ਵੀ, ਜਾਣੀ ਰਿਪੇਅਰ ਕਰਨਾ ਬਾਈ ਔਖਾ ਵੀ ਨਹੀਂ ਕੋਈ ਜ਼ਿਆਦੇ, ਜਾਣੀ ਵਾਇਰਿੰਗ ਵੂਰਿੰਗ ਆ ਜਿਹੜੇ ਪੱਟਣੇ ਕੱਢਣੇ ਬਸ ਇਹੀ ਆ ਥੋੜ੍ਹੇ ਜਿਹੇ, ਬਾਕੀ ਤੁਹਾਨੂੰ ਹੋਰ ਇੱਕ ਦਿਖਾਉਣਾ ਵਿੱਚ ਅਤੇ ਪੁਰਜਾ। ਹੁਣ ਆਪਾਂ ਇਹਦੇ ਅੰਦਰਲੇ ਪਾਸੇ ਆ ਗਏ ਕਟਰ ਦੇ, ਆਹ ਦੇਖੋ ਜਿਹੜੇ ਗੇਅਰ ਲੱਗੇ ਹੋਏ ਆ ਨਾ 12 ਹੀ ਗੇਅਰ ਲੱਗੇ ਹੋਏ ਆ, ਚਲੋ ਵੀ ਐਂ ਵੀ ਇੱਕ ਗੇਅਰ ਕਰ ਦੋ ਇੱਕ ਸ਼ਾਫਟ ਕਰ ਦੋ ਗੇਅਰ ਜੁਆਇੰਟ ਕਰੇ ਹੋਏ ਆ ਕਰੇ ਹੋਏ ਆ, ਜਿਹੜਾ ਕੰਪਲੀਟ ਗੇਅਰ ਆ ਇਹ ਆਪਣਾ, ਉਹਦੇ ਬਾਅਦ ਆਪਣੇ ਖੋਲਿਆ ਹੋਇਆ ਹੈ, ਇਹਦੇ ਵਿੱਚ ਕੁਛ ਨਹੀਂ ਬਸ ਇੱਕ ਆ ਗਰਾਰੀ ਆ ਜਿਹੜੀ ਘੁਮਾਉਂਦੀ ਆ, ਬਸ ਉਹ ਸਾਹਮਣੇ ਤੁਹਾਡੇ ਉੱਧਰ ਦੇਖਦੇ ਹੀ ਆ ਇਹਨੂੰ ਔਰ ਉਹਨੂੰ ਇਕੱਠਿਆਂ ਨੂੰ ਜੁਆਇੰਟ ਕਰਦੀ ਜਿਹੜੀ ਕੱਢੀ ਹੋਈ ਆ ਗਰਾਰੀ, ਉਹ ਵੀ ਬਸ ਇਹਦੇ ਵਿੱਚ ਸਿਰਫ ਗੇਅਰ ਆ ਜਿਹੜੇ ਮੇਨ ਆ, ਉਹ ਵੀ ਇੱਕ ਪਲੇਟ ਮੇਨ ਆ ਹੋਰ ਇਹਦੇ ਵਿੱਚ ਕੋਈ ਵੀ ਯਾਰ ਪੁਰਜਾ ਮੇਨ ਨਹੀਂ ਹੈਗਾ, ਇਹ ਜਿਹੜੀ ਆ ਸਿਸਟਮ ਆ ਚੈਨ ਵਾਲਾ ਕਰਿਆ ਹੋਇਆ ਦੇਖੋ ਇੱਧਰ, ਇਹ ਗੇਅਰ ਤੋਂ ਗੇਅਰ ਚੱਲਦਾ ਕਰਿਆ ਹੋਇਆ ਚੈਨ ਲਾ ਕੇ, ਠੀਕ ਹੈ ਜੀ 3 ਗੇਅਰ ਇੱਕ ਸਾਈਡ 'ਤੇ ਚੱਲਦੇ ਆ, ਜਿਹੜੇ ਇੱਧਰਲੇ 3 ਗੇਅਰ ਆ ਇਹਦੇ ਆਹ ਸਾਈਡ 'ਤੇ ਚੱਲਦੇ ਆ, ਜਿਹੜੇ 3 ਇੱਧਰਲੇ ਆ ਇਹ ਆਹ ਸਾਈਡ 'ਤੇ ਚੱਲਦੇ ਆ, ਬਾਕੀ ਤਾਂ ਬਰਮਾ ਜਿਹੜਾ ਫਰੰਟ ਆਊਗਰ ਕਹਿੰਦੇ ਨੇ ਆਪਾਂ ਉਹ ਦੂਆ ਹੀ ਹੁੰਦਾ ਆਵੇਂ ਹੁੰਦਾ, ਬਾਕੀ ਤੁਹਾਨੂੰ ਬਲੇਟ ਦਿਖਾਉਂਦੇ ਹਾਂ, ਬਲੇਟ ਵੀ ਪੱਟਿਆ ਹੋਇਆ ਵੈਸੇ ਅੱਜ ਉਹ ਵੀ ਦਿਖਾਉਂਦੇ ਹਾਂ ਵੀ ਜਿਹੜੀ ਕਟਰ ਦੀ ਰਿਪੇਅਰ ਆ ਮਸ਼ੀਨ 'ਤੇ ਦੁੱਗਣੀ ਰਿਪੇਅਰ ਮੰਨਦੇ ਆ ਵੀ ਇੰਨਾ ਔਖਾ ਸਮਾਨ ਪੱਟਣਾ ਨਾ, ਮਸ਼ੀਨ 'ਤੇ ਨਾ ਜੂਸੀ ਵਾਇਰਿੰਗ ਹੁੰਦੇ ਆ ਬੰਦਾ ਪੱਟ ਪੱਟ ਸਿੱਟੀ ਜਾਂਦਾ, ਗਰੀਸ ਕਰ ਕਰ ਠੋਕੀ ਜਾਂਦਾ, ਇਹਦੇ ਪਹਿਲਾਂ ਨਟ ਖੋਲੋ ਉੱਪਰਲੀ ਗਰਾਰੀ ਪੱਟੋ ਪਲੇਟ ਕੱਢੋ ਅੰਦਰ ਵਾਇਰਿੰਗ ਡਬਲ ਵਾਇਰਿੰਗ ਉਹ ਪੱਟੋ ਲੱਗਿਆ ਰਾਜੂ ਪੱਟਣ ਉਹਦਾ ਪੂਲਰ ਕਿਆ ਵਾਇਰਿੰਗ ਪੱਟਣੇ ਪੈਂਦੇ ਆ, ਚਲੋ ਹੁਣ ਤੁਹਾਨੂੰ ਉੱਧਰ ਦੇ ਦਿਖਾਉਂਦਾ ਰਾਜੂ ਵਾਇਰਿੰਗ ਪੱਟਣ ਲੱਗਿਆ ਉਹ ਦਿਖਾਉਂਦੇ ਆ, ਰਾਜੂ ਬਾਈ ਕੀ ਹਾਲ ਚਾਲ ਹੈ ਜੀ? ਵਧੀਆ ਜੀ, ਕੀ ਕਰੀ ਜਾਂਦੇ? ਵਾਇਰਿੰਗ ਪੱਟਦੇ ਆ, ਵਾਇਰਿੰਗ ਫਿਰ ਪੱਟ ਨਹੀਂ ਹੋਇਆ ਹਾਲੇ,
ਜਾਮ ਹੋਇਆ ਗਰਾਰੀ ਨਿਕਲੀ ਨਹੀਂ ਨਿਕਲਦੀ ਨਹੀਂ ਗਰਾਰੀ ਨਿਕਲਦੀ ਨਹੀਂ ਜੀ ਉੱਥੇ ਵੀ ਬਹੁਤ ਜ਼ੋਰ ਲਾਇਆ ਨਹੀਂ ਬਾਈ ਜਾਮ ਵਹਿਰਾਂਗੇ ਪੂਲਰ ਨੇ ਪੂਰਾ ਜ਼ੋਰ ਰਾਤਾਂ ਨੇ ਗਰਾਰੀ ਖਿੱਚੀ ਆਹ ਭਾਈ ਰਾਤੀ ਵਹਿਰਾਂਗੇ ਵਹਿਰਾਂਗ ਤਾਂ ਠੀਕ ਆ ਜੇ ਆ ਨਿਕਲੇ ਕਿਆ ਆ ਜੇ ਨਿਕਲੇ ਗਰਾਰੀ ਨਿਕਲ ਜਣੀ ਬੌਖੀ ਹੈ ਉਹਦੀ ਨੂੰ ਪੂਲਰ ਨੇ ਜ਼ੋਰ ਲਾਇਆ ਜੀ ਪੂਲਰ ਨੇ ਬੀਂਗਾ ਕਰ ਆ ਦੇਖੋ ਬਾਈ ਜਿਹੜੇ ਆਪਾਂ ਬੈਠਣ ਵਾਲੇ ਬਲੇਟਾਂ ਦੀ ਗੱਲ ਕਰਦੇ ਆ ਨਾ ਆ ਲੱਗੇ ਹੋਏ ਆ ਬਲੇਟ ਤੇ ਆ ਦੇਖੋ ਆ ਰੂਟ ਆਪਾਂ ਕੱਢ ਲਿਆ ਉੱਥੇ ਤੇ ਸਿਰਫ ਆ ਦੋ ਨਟ ਖੋਲ ਕੇ ਆਪਾਂ ਜਿਹੜਾ ਦਾ ਬਰਮਾ ਬਾਹਰ ਕੱਢ ਲਿਆ ਉਹਦੇ ਬਾਅਦ ਇਹਦੀ ਜਿਹੜੀ ਪਿੰਨ ਆ ਵਿੱਚ ਜਿਵੇਂ ਆਪਣੇ ਐਕਸਲਾਂ ਦੇ ਵਿੱਚ ਜਗ੍ਹਾ ਹੁੰਦੀ ਆ ਨਟ ਪਾਉਣ ਨੂੰ ਆਹ ਪਿੰਨ ਆ ਸੱਟ ਮਾਰੋ ਪਿੰਨ ਬਾਹਰ ਬਰਮਾ ਅਲੱਗ ਆਹ ਵੈਰਿੰਗ ਅਲੱਗ ਆਪਾਂ ਨੇ ਹੁਣੇ ਵੈਰਿੰਗ ਪਾ ਤਾ ਵੈਸੇ ਨਵਾਂ ਇਹ ਜਿਹੜੇ ਬਲੇਟ ਆ ਇਹ ਇੰਨੀ ਧਾਰ ਆ ਜਿਹੜੀ ਦੀ ਇਹ ਬਿੱਟ ਵਾਲੀ ਆ ਮੂਹਰੇ ਬਿੱਟ ਆ ਮੰਨ ਲਓ ਇੱਕ ਰਿਹਾ ਕੰਚ ਆ ਜਿਹਦੇ ਵਿੱਚ ਲੋਹਾ ਜਾਂ ਕੁਛ ਹੋਰ ਆ ਗਿਆ ਭੜਕ ਦੇ ਕੇ ਟੁੱਟ ਜਾਣਾ ਜਿਹੜਾ ਆਪਣਾ ਕਟਰ ਦਾ ਵਿੱਚ ਸਭ ਤੋਂ ਮਹਿੰਗਾ ਆਈਟਮ ਆ ਜਿਹੜੀ ਬਲੇਟ ਇਹ ਆ ਇਹ 2200 ਦਾ ਇੱਕ ਆ ਹੁਣ ਇੱਕ ਰੂਲੇ ਨੂੰ ਚਾਰ ਲੱਗੇ ਹੋਏ ਆ ਹਿਸਾਬ ਲਾ ਲਓ 2200 ਦਾ ਇੱਕ ਮਨੀ ਕਿੰਨੇ ਦੇ 1800 ਦੇ 1800 ਦੇ ਜੀ 1800 ਦੇ ਬਲੇਟ ਇੱਕ ਰੂਲੇ ਨੂੰ ਲੱਗੇ ਹੋਏ ਆ ਇਹ ਰੂਲੇ ਹੈਗੇ ਆ 12 ਰੂਲੇ 12 ਰੂਲਿਆਂ ਦੇ ਕਿੰਨੇ ਬਲੇਟ ਹੋ ਗਏ 88000 ਤਾਂ ਸਿੱਧਾ ਹੀ ਹੋ ਗਿਆ 88000 ਸਿੱਧਾ ਤੇ 8 ਦੋਣੀ 16 16000 ਉਹ ਹੋ ਗਿਆ ਤੇ 1600 ਉੱਪਰ 1600 ਉੱਪਰ 17000 600 ਤੇ 1800 ਲੱਖ ਦੇ ਬਾਹਰ ਬਲੇਟ ਪੈਨੇ ਆ 1,02,000 2,3,000 1,02,000 ਦੇ ਮੰਨੋ ਤੁਸੀਂ 1,00,000 ਰੁਪਏ ਦੇ ਬਾਈ ਮੱਕੀ ਵਾਲੇ ਕਟਰ ਦੇ ਜਿਹੜੇ ਬਲੇਟ ਬਲੇਟ ਲੱਗਦੇ ਆ ਦੇਖ ਲਓ ਇੰਨੀ ਬਿੱਟਾ ਜਿਹੜੀ ਇਹ ਬਾਕੀ ਇਹ ਬਲੇਟ ਤੁਸੀਂ ਦੇਖਦੇ 150 ਕਿੱਲਾ ਵੱਢਿਆ ਚਲੋ ਉੱਥੇ ਦਿਖੇ ਨਹੀਂ ਚੱਜ ਨਾਲ ਵੀ ਜਿਹੜਾ ਬਲੇਟ ਆ ਆਪਾਂ ਦੇਖੇ ਆ ਕਈ ਆਪਣੇ ਕਮੈਂਟ ਵੀ ਕਰਦੇ ਤੇ ਬੜੇ ਵੀਡੀਓ ਵੀਰ ਆਪਣੇ ਵੀ ਬਾਈ ਯਾਰ ਕਟਰ ਦੇ ਵਿੱਚ ਜਿਹੜੇ ਬਲੇਟ ਨਾ ਬਹੁਤ ਛੇਤੀ ਖਰਾਬ ਹੋ ਜਾਂਦੇ ਆ ਤੁਹਾਡੇ ਸਾਹਮਣੇ ਆ ਬਾਈ ਆਏ ਨਹੀਂ ਹੈ ਇੱਕ ਨਹੀਂ ਸਾਰੇ ਦੇਖ ਲਓ ਵੀ ਆਪਾਂ 150 ਕਿੱਲਾ ਮੱਕੀ ਦਾ ਵੱਢਿਆ ਤਾਂ ਹਰੀ ਫਰੀ ਸੁੱਕੀ ਵਿੱਚ ਜਿਹੜਾ ਵੀ ਆਉਂਦਾ ਤਾਂ ਆਪਾਂ ਚੱਕੀ ਵੱਢੀ ਗਏ ਤੇ ਵੀ ਬਲੇਟ ਜਿਹੜੀ ਧਾਰ ਆ ਨਾ ਤਾਂ ਇਹ ਵੀਰੇ ਧਾਰ ਉੜੀ ਆ ਜਿਵੇਂ ਹੀ ਨਾ ਮਾੜਾ ਜਿਹਾ ਵੀ ਕਿਤੇ ਟੋਆ ਪਿਆ ਬਲੇਟ ਦੇ ਵਿੱਚ ਨਹੀਂ ਜਿੱਥੇ ਨੂੰ ਜ਼ਿਆਦਾ ਟਾਂਡੇ ਦੀ ਖਿਚਾਈ ਹੁੰਦੀ ਆ ਨਾ ਉੱਥੇ ਬਲੇਟ ਦੇ ਵਿੱਚ ਟੋਆ ਜਿਹਾ ਪੈ ਜਾਂਦਾ ਵੀ ਉੱਥੇ ਟਾਂਡਾ ਮਸ਼ੀਨ ਆਹ ਕਟਰ ਆਪਣਾ ਰੋਕਣ ਲੱਗ ਜਾਂਦਾ ਟਾਂਡੇ ਨੂੰ ਬਾਕੀ ਇਹਦੀ ਰਿਪੇਅਰ ਆ ਜਿਹੜੀ ਕਟਰ ਦੀ ਸਭ ਤੋਂ ਮਹਿੰਗੀ ਰਿਪੇਅਰ ਆ ਤੁਸੀਂ ਮੰਨੂਗੇ ਨਹੀਂ ਹੁਣ ਵੀ ਬੈਰਿੰਗ ਹੈ ਜਿਹੜੇ ਇਹਦੇ ਇਹਦੀ ਬੈਰਿੰਗ ਹੀ ਬਸ ਕਰਾਉਂਗੇ ਹੁਣ ਅਸੀਂ ਕੱਲ 24 ਬੈਰਿੰਗ ਲੈ ਕੇ ਆਏ ਤੇ ਚਾਰ ਪੰਜ ਕੁ ਬੈਰਿੰਗ ਲੱਗੀ ਹੁਣ ਜਿਹੜਾ ਮੰਨ ਲਓ ਵਧੀਆ ਨਿਕਲੀ ਜਾਂਦਾ ਉਹਨੂੰ ਪਾਈ ਜਾਂਦੇ ਆ ਜਿਹੜਾ ਮੰਨ ਲਓ ਡੈਡ ਜਿਹਾ ਲੱਗਦਾ ਵੀ ਇਹਨੇ ਚੱਲਣਾ ਨਹੀਂ ਉਹਨੂੰ ਕੱਢੀ ਜਾਂਦੇ ਆ ਬਹੁਤ ਬਈ ਰਿਪੇਅਰ ਦਾ ਸਿਸਟਮ ਆ ਜਿਹੜਾ ਕਟਰ ਸਾ ਮੱਕੀ ਦਾ ਤਾਂ ਹੀ ਕਹਿੰਦੇ ਮਾੜੇ ਬੰਦੇ ਦੇ ਬਾਤ ਦਾ ਚਲਾਉਣ ਦਾ ਕੰਮ ਨਹੀਂ ਮੱਕੀ ਵਾਲਾ ਕਟਰ ਅਜੇ ਤਾਂ ਚਲੋ ਨਵਾਂ ਹੈ ਇਹਦਾ ਅਜੇ ਆ ਬਰਮੇ ਬੁਰਮੇ ਸਹੀ ਆ ਨਿਕਲਦੇ ਆ ਜੇ ਕੋਈ ਟੁੱਟੇ ਭੱਜ ਹੁੰਦੀ ਆ ਤਾਂ ਸੀਜ਼ਨ ਦੇ ਵਿੱਚ ਆਪਾਂ ਨੂੰ ਸਭ ਤੋਂ ਬੜੀ ਬ੍ਰੇਕਡਾਊਨ ਇਹਦੀ ਆਉਂਦੀ ਆ ਤਾਂ ਕਰਕੇ ਇਹਨੂੰ ਹੁਣ ਕੱਢ ਕੇ ਠੀਕ ਆ ਕਟਰ ਦੀ ਸੰਭਾਲ ਆ ਬਈ ਪਾਣੀ ਤੈਨੂੰ ਬਚਾ ਕੇ ਢੱਕ ਕੇ ਰੱਖੋ ਨਹੀਂ ਤਾਂ ਆਹ ਗੇਅਰ ਆ ਬਈ ਉਹੜਾ ਗੇਅਰ ਆ ਨਾ ਉਹਦੀ ਗਰਾਰੀ ਉੱਥੇ ਜਾ ਕੇ ਗੇਅਰ ਐਂ ਪਿੱਟ ਹੋ ਜਾਣਾ ਇਹ ਗਰਾਰੀ ਨੇ ਜਿਹੜੀ ਅੰਦਰ ਦੇ ਸ਼ਾਫਟ ਉਹਨੂੰ ਕ੍ਰੋਸ ਕਰਦੀ ਆ ਉਹ ਵੀ ਇਹਨੇ ਘੁਮਾਉਣੀ ਆ ਜਿਹੜੀ ਗਾਹਾਂ ਬਲੇਟ ਚਲਾਉਣਾ ਉਹ ਵੀ ਇਹਨੇ ਘੁਮਾਉਣਾ ਨਾ ਇਹਦੇ ਪਰ ਜ਼ੋਰ ਆ ਇਹ ਰਾਜੂ ਆ ਪੂਲਰ ਲਾ ਕੇ ਪੱਟਿਆ ਨਹੀਂ ਪੱਟ ਨਹੀਂ ਹੋਈ ਆ ਨਾ ਜੀ ਬਹੁਤ ਜ਼ੋਰ ਕਰਤਾ ਪੂਲਰ ਬਿੰਗਾ ਕਰਤਾ ਜੀ ਦੋ ਤਿੰਨ ਨਾਟ ਤੋੜਤੇ ਇਹਨੇ ਇਹਨੇ 17 ਦੇ ਕਾਲੇ ਨਾਟ ਦੇ ਮੋਟੇ ਕਹੇਗਾ ਠੀਕ ਆ ਚੱਲਦਾ ਵਧੀਆ ਫਿਰ ਜੇ ਗਰੀਜ ਕਿੱਥੇ ਨੂੰ ਪਾਏਗਾ ਤਾਂ ਹੁਣ ਚੱਲਦਾ ਠੀਕ ਆ ਤੇਰੀ ਗੱਲ ਮੰਨ ਲਈ ਜਿਹੜੇ ਹੁਣ ਕੱਢੇ ਆ ਜੀ ਇਹਨਾਂ ਚੋਂ ਗਰੀਜ ਸਾਰਿਆਂ ਚੋਂ ਨਿਕਲਿਆ ਉਹ ਨਹੀਂ ਜਿਹੜਾ ਬੈਰਿੰਗ ਟਾਇਟ ਜਿਹੜਾ ਟਾਇਟ ਇਹਨੂੰ ਦੇਖੋ ਵੀ ਕਾਹਦੇ ਟਾਇਟ ਆ ਇਹ ਮੈਂ ਚਾਹ ਘੁੰਮਦਾ ਹੁਣ ਤਾਂ ਮੈਂ ਗਰਾਰੀ ਪੱਟ ਦਿੰਦੇ ਆ ਹੋ ਗਿਆ ਗੂਲੇ ਨਾਲ ਫੇ ਘੁੰਮਣ ਲੱਗ ਗਰਾਰੀ ਪੱਟ ਦਿੰਦੇ ਆ ਗਰਾਰੀ ਨੂੰ ਕੀ ਆ ਇਹਦੇ ਵਿੱਚ ਜਰਾ ਜੀ ਇਹਦੇ ਵਿੱਚ ਲਵੇਟਿਆ ਹੋਇਆ ਤਾਂ ਗੂਲਾ ਗੂਲਾ ਉਹ ਤਾਂ ਹੀ ਘੁੰਮਣ ਲੱਗ ਐ ਕਰ ਮੈਂ ਤਾਂ ਦੱਸਦਾ ਤਰੀਕਾ ਹੋਰ ਗੇਅਰ ਨੂੰ ਕੁਛ ਲੈ ਲਾ ਗੇਅਰ ਕਾਹੇ ਝੜਾ ਲਾ ਠੀਕ ਆ ਇਹਨੂੰ ਆ ਇੱਥੇ ਰੱਖ ਕੇ ਨਟ ਪਾ ਕੇ ਸੱਟ ਮਾਰੇ ਥੱਲੇ ਗੱਜਣ ਆ ਪੱਟਣੀ ਆ ਹਾਂ ਤੇ ਵੇਦੇ ਪੱਟਣੀ ਕਮਾ ਕੇ ਤਾਂ ਦੇਖੋ ਹਾਂ ਬਾਕੀ ਅੱਜ ਮਸ਼ੀਨ ਦਾ ਲੀਵਰ ਲਾ ਦਾਂਗੇ ਮਸ਼ੀਨ ਆਪਣੀ ਤਿਆਰ ਆ ਇਹਦਾ ਲਗੇੜਾ ਹੀ ਪਾਉਣਾ ਬਸ ਇਹਨੂੰ ਗੇੜਾ ਪਾਏ ਤੇ ਬਾਅਦ ਇਹਦਾ ਕੰਮ ਹੋਵੇ ਆਪਣੀ ਕੰਪਲੀਟ ਹੋ ਜਾਊਗਾ ਹਨਾ ਬਾਕੀ ਸੌਰੀ ਬਾਈ ਕਟਰ ਨੂੰ ਨਹੀਂ ਗੇੜਾ ਪੈਣਾਗਾ ਕਟਰ ਨੇ ਧੂਆਂ ਕਢਾਤਾ ਹੀ ਤਿੰਨ ਬੰਦੇ ਦਾ ਕੱਲ ਦਾ ਬਾਈ ਬੜੀ ਮਸ਼ੀਨ ਜਿੰਨਾ ਹੀ ਕੰਮ ਆ ਕਟਰ ਦਾ ਕਹਿਣਾ ਹੀ ਸੌਖਾ ਵੀ ਮੱਕੀ ਵਾਲਾ ਕਟਰ ਰਿਪੇਅਰ ਕਰਨਾ ਕਹਿ ਜਾਂਦਾ ਬਾਈ ਅਗਲਾ ਕਾਲੇ ਬਾਈ ਇੰਨੇ ਪੈਸੇ ਲੈਣੇ ਆ ਹੈ ਆਹ ਇੱਕ ਪਤਾ ਲੱਗਦਾ ਬਾਈ ਆਸ ਜੀ ਇੱਕ ਗਰਾਰੀ ਪਟਣੀ ਸੀ 10 ਗਰਾਰੀਆਂ ਪੜਤੀਆਂ ਪੂਲਰ ਨੇ 11ਵੀਂ ਤੇ ਜਾ ਕੇ ਪੂਲਰ ਟੁੱਟ ਗਿਆ ਆ ਨਹੀਂ ਹਿੱਲੀ ਉਹਨੂੰ ਫਰਕ ਹੀ ਨਹੀਂ ਪਿਆ ਹਲੇ ਤੱਕ ਕਰਦੇ ਆ ਇਲਾਜ ਚਲੋ ਮਿਲਦੇ ਆ ਮੈਂ ਤੈਨੂੰ ਪੱਟ ਕੇ ਹੁਣ ਲਓ ਬਾਈ ਜੀ
मशीन पूरी रेडी, गेड़ा पाने तैयार, सारा काम हो गया मशीन का जी। ओके, बिल्कुल रेडी खड़ी है अपनी मशीन, तो बस हूँ लगे है जी गेड़ा पाउण। पै गए झरने, देख सकते हैं जी मशीन हैगी बिल्कुल तैयार, तो लगे गेड़ा पाउण। पर अपना कटर रह गया जी बिच, क्योंकि कम कटर का कम काफी निकल आया, तो इधर चल रही पार्टियां शार्टियां। नरेंद्र भाई पता नहीं किहड़े काम दी कर रहा पार्टी, खाता पीजा मुंडिया ने, पीजा एक सिगाई क्रंबल फ्राई, क्रंबल फ्राई, क्रंबल फ्राई, हां जी पीजा पार्टी, ते नाल सी गया जी बर्गर लग्गिया पीजा ते नो बहुत बढ़िया मां अंदर खुशक जा सवेरे ट्रेन पीजा होने आ होनी आई ते बंद जना काट ते मेरे ट्रेन चढ़ रही है चढ़ना वा सवेरे 5 बज के 50 मिनट ते ट्रेन आ जानी आ 3 बजे सवेरे उठना पैना। ठंडा पलाता मुंडिया नु करते ठंडे भुजिया। अपना वीर एक सब्सक्राइबर आ जलंधर पंजाब पुलिस जा ओ अज मिलन वास्ते आए थे साडे अड्डे ते ही। तुहानु पता भाई सब्सक्राइबर जिहड़ा भी आउंदा सेवा तां करनी मनदा ही है ना जी। बाकी उहनां नाल तां घर वाले काम आ भाई, सब्सक्राइबर कहदा भरावां नाल वधदा भी जिथे जद भी मर्जी फोन कर लईए मक्की वाला कटर कि बनाया चंदा चक्कर च पाया बंदे नूं है किड्डा दिमाग लाया उहने। चलिए लाइए लीवर लाने पैना जी तेरा राजू पा पिछे। बाकी निंद्र भाई ने थोड़ा गुस्सा बनता वा, इन्होंने बाकी सौखे कर दिते आ सानू चक्करां च पाता कटर करके। जां तां सानू भी सौखा करो, जां नवीं मशीन लिया के सौखा कर दो, एक कम कर दो, जल्दी कृपा करा दो ना। फिर कहिंदा रब घर दे जरूर आ हनेर नी हैगा, सच्ची गल है पानी कोई कुछ नहीं जी, बाछल पई है थोड़ी देखो। हां जी सीप नहीं कुछ भी पानी, कोई सीप नहीं पानी, कोई झरना होनी थले थले नहीं कुछ पाना। बाकी 4.5 सूद का झरना छेदा वाला सीधा झरना पाना, बस एक और थले भी कुछ नहीं पाया है खाली है। हाँ जी मक्की च बही है नज़ारे, कोई दिक्कत नहीं मशीन नू। ये चीज एक ना झरना पाए तो थले पावे आप झरना ना, उपरले झरने हवा नहीं लगती बराबर, थोनू पता आ फोन दे रहा बोलता है। एक तो दिहाड़ी च ज्यादा नहीं 1000 का फोन आ जाता एक दिन का, बिलकुल जी बनती है मक्की च ला देनी है अपने शाहकोट है आइडेंटिक पेंटिंग वाला कर देना भी मुंडे अपने खास ही कोई करा दो बना करके रंग ना मारांगे रंग दी थाना हर रंग मार के टेप लवा के उपर ना अपनी प्लेट भी लथी हुई है जी नींदर उतो दी लाई सी यूट्यूब लाया था इंस्टाग्राम भी लत गया रेडी आई भावे हुण जाके गेड़ा दे दो आ लग गया जी अर्थ ते नींद्र भाई जा रहा सल्फ मारन। बाकी थोड़ी आम तू ते राजू चढ़ जाओ ट्रेन ते मेरे ट्रेन ते बंदे आवांगे
ਬਾਬੇ ਨਾਨਕ ਦਾ ਨਾਂ ਲੈ ਕੇ ਸਵੇਰੇ ਚੜ ਜਾਓ ਟ੍ਰੇਨ ਜੱਪਲਪੁਰ ਪਹੁੰਚੋ ਤੁਹਾਡੇ ਮਗਰੇ ਆ ਗਿਆ ਫੇ ਮੈਂ ਪਾਰਸਾ ਨੂੰ ਕਾਲੇ ਬਾਪੂ ਦਾ ਭੋਗ ਆ ਬਾਈ ਉਦਾਂ ਨਿੰਦਰ ਬਾਈ ਨੇ ਸਾਡੇ ਨਾਲ ਜਾਣਾ ਸੀਗਾ 12 ਤਰੀਕ ਨੂੰ ਬਾਪੂ ਦਾ ਭੋਗ ਆ ਜਿਹਨੇ ਵੀ ਬਾਈ ਆਉਣਾ 12 ਤਰੀਕ ਦਾ ਭੋਗ ਆ ਜ਼ਰੂਰ ਤੁਹਾਨੂੰ ਦੱਸਦਾ ਵੀਡੀਓ 'ਚ 12 ਤਰੀਕ ਨੂੰ ਆਉਣਾ ਪਹੁੰਚਿਓ ਬਾਈ ਜ਼ਰੂਰ ਸਾਡੇ ਵੀਰ ਜਿਹੜੇ ਬਾਪੂ ਦੀ ਵੀਡੀਓ ਦੇਖਣ ਵਾਲੇ ਤੇ ਬਾਕੀ ਕੰਮ ਤਾਂ ਬਾਈ ਮਾੜਾ ਹੀ ਹੋਇਆ ਬਹੁਤ ਜਣੇ ਤੁਹਾਨੂੰ ਪਤਾ ਹੀ ਉਹ ਤਾਂ ਸਾਰੇ ਵੀਰ ਭਾਈ ਜਾਣਦੇ ਹੀ ਸੀ ਆਪਣੇ ਬਾਪੂ ਨੂੰ ਮਾਰਾਂ ਵਾਲੇ ਬਾਪੂ ਨੂੰ ਬਾਪੂ ਦਾ 12 ਤਰੀਕ ਨੂੰ ਅੰਤਿਮ ਅਰਦਾਸ ਆ ਜਿਹੜੀ ਪਿੰਡੇ ਆ ਮਾਲਾ ਹੀ ਜ਼ਰੂਰ ਪਹੁੰਚਿਓ ਬਾਈ ਉੱਥੇ ਪਰਸੋਂ ਮੈਂ ਭੋਗ ਤੋਂ ਜਾ ਕੇ ਆਪਾਂ ਵੀ ਜੱਬਲਪੁਰ ਨੂੰ ਜਿਹੜੇ ਚੜ੍ਹ ਜਾਣਾ ਮਗਰੇ ਰਾਤ ਨੂੰ ਹੈਗਾ ਨਾ ਜੀ ਤੁਸੀਂ ਜਾ ਕੇ ਬਸ ਉਹਨੂੰ ਦੇਖੋ ਕਿਆ ਕਹਿੰਦੀ ਆ ਮਸ਼ੀਨ ਹਾਂਜੀ ਜੇ ਲੋੜ ਪਈ ਥਰੈਸਰ ਥਰੈਸਰ ਬਦਲ ਲਿਓ ਉਹਦਾ ਧਾਨਾ ਜਾਣਾ ਹੋਇਆ ਜੇ ਮਾਂਹ ਵੱਢਣਾ ਹੋਵੇ ਕਣਕ ਵਾਲੇ ਗਲੇ ਵੱਢੇ ਜਾਣੇ ਠੀਕ ਆ ਜੀ ਹੋਰ ਮੈਂ ਤੁਹਾਡੇ ਮਗਰੇ ਮੈਂ ਆ ਜਾਣਾ ਫਿਰ ਠੀਕ ਆ ਜੀ ਫਿਰ ਉਦੋਂ ਬਾਅਦ ਆਪਣੇ ਕਟਰ ਦਾ ਕੰਮ ਰਹਿੰਦਾ ਆਣ ਆ ਕੇ ਉਹ ਆ ਕੇ ਕਰਾਂਗੇ ਕਟਰ ਦਾ ਕੰਮ ਲੰਬਾ ਹੀ ਬਹੁਤ ਆ ਤੁਹਾਨੂੰ ਐਂ ਲੱਗਦਾ ਵੀ ਕਟਰ ਦੇ ਵਿੱਚ ਦੂਆ ਹੀ ਕਟਰ ਆ ਇਹ ਪਹਿਲਾਂ ਬਾਈ ਜਿੱਥੇ ਹੱਥ ਪਾਈਏ ਉੱਥੇ ਬੈਰਿੰਗ ਜਿੱਥੇ ਹੱਥ ਪਾਈਏ ਉੱਥੇ ਬੈਰਿੰਗ ਬੈਰਿੰਗ ਨਿਕਲਦਾ ਨਹੀਂ ਜਿਹੜਾ ਪੰਗਾ ਵਾ ਇਹ ਤਾਂ ਐ ਜਿੱਥੇ ਡੁੰਮਣੇ ਵਾਲਾ ਕੰਮ ਐ ਡੁੰਮਣੇ ਨੂੰ ਹੱਥ ਲਾ ਲਿਆ ਨਾ ਬਾਬਾ ਕਹਿੰਦਾ ਮੱਖੀ ਆਈ ਜਾਣੀ ਉਹ ਕੰਮ ਇਹਦਾ ਬਹੁਤ ਬੈਰਿੰਗ ਆ ਬਾਈ ਤੁਸੀਂ ਹਿਸਾਬ ਲਾ ਲਓ 48 ਬੈਰਿੰਗ ਦਾ ਇੱਕ 48 ਦੇ ਬਾਅਦ 49 50 51 52 53 54 ਖੜ ਜਾ 54 ਦੇ ਬਾਅਦ 24 ਬੈਰਿੰਗ ਹੈ ਖੜ ਜਾ 24 24 12 ਗੇਰ ਆ ਹਾਂਜੀ 24 ਬੈਰਿੰਗ ਉਹ ਹੋਰ ਲਾ 74 24 ਹੋਰ ਲਾ 74 174 ਦੇ 78 74 ਦੇ ਫਿਰ ਹੋਰ ਲਾਸਟ 24 ਬੈਰਿੰਗ 78 ਦੇ ਬਾਅਦ 88 98 102 ਬੈਰਿੰਗ ਮੋਟੇ ਮੋਟੇ ਗਿਣੇ ਗਏ ਆ ਹਜੇ ਹਲੇ 5-7 ਬੈਰਿੰਗ ਇਹਦੇ ਹੋਰ ਜਿਹੜੇ ਵਿੱਚ ਤੇ ਨਿਕਲੇ ਆਉਣੇ 5-7 ਨਹੀਂ ਹਲੇ ਤਾਂ ਗੇਰਾਂ ਨੇ ਜਿਹੜੇ ਆਪਸ ਵਿੱਚ ਜੁਆਇੰਟ ਆ ਨਹੀਂ ਸਾਰੇ ਹੀ ਲਾਤੇ ਮੈਂ 108 ਹਾਂਜੀ 108 ਬਣਦੇ ਆ 108 ਬੈਰਿੰਗ ਵਾਹ ਬਈ ਵਾਹ ਕਿਆ ਕਰੂਗਾ ਬਾਈ 108 ਬੈਰਿੰਗ ਆ ਜਾ ਉਹਨੂੰ ਆ ਬਲੇਡ 108 ਬੈਰਿੰਗ ਆ ਮਨੀ ਹੁਣ ਆ ਬਲੇਡ ਆ ਜਿਹੜਾ ਆ 2200 ਦਾ ਇੱਕ ਇਹ ਆਹ ਬਲੇਟ ਆ ਜਿਹੜਾ 2200 ਦਾ ਇੱਕ ਆ ਇੱਕ ਰੂਲੇ ਨੂੰ ਚਾਰ ਇਹ ਚਲ 8800 ਦੇ ਹੋ ਗਏ ਵੀ ਮੈਂ ਕਹਿੰਦਾ ਘੱਟੋ ਘੱਟ ਵੀ ਬਾਈ ਕਟਰ ਤਾਂ ਹੀ ਇਹ ਜਿਹੜਾ ਕਹਿ ਦਿੰਦੇ ਨਾ ਆਪਾਂ ਵੀ ਕਟਰ ਦੇ ਵਿੱਚ ਕੀ ਆ ਮਹਿੰਗਾ ਕਾਹਤੇ ਆ ਇਹੀ ਚੀਜ਼ਾਂ ਬਾਈ ਮਹਿੰਗਾ ਕਰਦੀਆਂ ਇਹਨੂੰ ਹੁਣ ਤੁਸੀਂ ਹਿਸਾਬ ਲਾ ਲਓ 1.5 ਲੱਖ ਦੇ ਬਲੇਟ 1,10,000-15,000 ਦੇ ਬਲੇਟ ਹੋ ਗਏ ਮੰਨ ਲਓ 108 ਬੈਰਿੰਗ ਕਿੰਨੇ ਦਾ ਹੋਊਗਾ ਮਨੀ ਬੈਰਿੰਗ ਵੀ ਅਲੱਗ ਅਲੱਗ ਆ ਜਿਵੇਂ ਆ 9 ਦਾ ਹੈ ਉਹ 5 ਦੇ ਆ ਹਨਾ ਵਿੱਚ ਵੈਸੇ ਵੈਸੀ ਟੈਂਪਰੇਰੀ ਰੱਖ ਲਓ 200 ਦਾ ਬੈਰਿੰਗ 200 ਦਾ ਬੈਰਿੰਗ 2,00,000 ਦੇ ਬੈਰਿੰਗ ਹੀ ਹੋਗੇ ਬੇਤਾਂ ਅੰਦਾਜ਼ਾ ਹੀ ਮੈਂ ਮੰਨ ਕੇ ਚੱਲੂ ਜੀ ਕਹਿੰਦੇ ਪੁਰਾਣਾ ਕਟਰ ਲੈ ਲਿਆ ਤੈਨੂੰ ਰਿਪੇਅਰ ਕਰਨਾ ਹੋਵੇ ਤੇ ਰੁਪਈਆ ਫੇ ਵੀ ਬਾਈ ਮੁਸ਼ਕਲ ਆ 2700 ਦੀ ਇੱਕ ਚੈਨ ਆ ਚੈਨ ਆ 12 ਚੈਨ ਹੈ ਤੇ ਨਵੀਆਂ ਪਾਉਣੀਆਂ ਪੈਣ ਸਾਰਾ 2700 ਦੀ ਇੱਕ ਚੈਨ ਆ 22 ਚੈਨਾਂ ਕਿ 12 ਚੈਨਾਂ ਕਿੰਨੇ ਦੀ ਹੋਣਗੀਆਂ 2700 ਦੀ ਇੱਕ 27,000 ਦੀਆਂ ਇਹ ਹੋ ਗਈਆਂ 27,000 ਦੀਆਂ 10 ਚੈਨਾਂ 2 ਚੈਨਾਂ ਫੇ ਮਗਰ 12 ਚੈਨਾਂ ਹਾਂ ਤੇ 2700 5000 ਉਹ ਹੋ ਗਿਆ ਫੇ 5 ਤੇ 54,500 27 ਤੇ 5 32,000 ਤੇ ਕੁਛ ਉੱਪਰ ਪੈਸਿਆਂ ਦੀ ਚੈਨਾਂ ਬਾਈ ਵਾਹਿਗੁਰੂ ਬਸ ਮਾਲਕਾਂ ਨੂੰ ਚਲਾ ਦੀ ਬੇਸਣਾ ਹੀ ਰੋਜ਼ ਖਵਾਇਆ ਕਰਾਂਗੇ ਤੈਨੂੰ ਬਾਕੀ ਬਾਈ ਰਿਸਕੀ ਕੰਮ ਹਰੇ ਹੋਰ ਨਾਟ ਬੋਲਟ ਆਪਾਂ ਕੰਪਨੀਆਂ ਨੂੰ ਤਾਂ ਕਹਿ ਦਿੰਦੇ ਆ ਵੀ ਮਹਿੰਗਾ ਕਟਰ ਦੂਆ ਕਟਰ 3 ਲੱਖ ਦਾ 8 ਲੱਖ ਦਾ ਕਹਦੇ ਆ ਇਹ ਚੀਜ਼ਾਂ ਕਰਕੇ ਬਾਈ 8 ਲੱਖ ਦਾ ਏ ਬਾਕੀ ਇੱਕ ਬੰਦਾ ਕਹਿੰਦਾ ਸੀਗਾ ਵੀ ਮੇਰੀ ਰਿਪੇਅਰ ਕਰ ਦੋ ਨਿੰਦਰ ਬਾਈ ਕਹਿੰਦਾ ਚੱਲ ਯਾਰੀ ਦੋਸਤੀ ਕਰ ਦਾਂਗੇ ਤੇ ਨਿੰਦਰ ਬਾਈ ਹੁਣ ਕੀ ਕਹਿਣਾ ਚਾਹੋਗੇ ਕਰਾਂਗੇ ਜਿਹੜੀ ਔਖਾ ਕਟੋ ਇਹ ਕਟ ਹੁਣ ਮਸ਼ੀਨ ਨਾਲੋਂ ਵੱਧ ਕੰਮ ਇਹਦਾ ਔਖਾ ਹੈ ਜੇ 2 ਬੰਦੇ ਲੱਗਣ ਤੇ ਘੱਟ ਤੋਂ ਘੱਟ 4 ਦਿਨ ਲਊਗਾ ਹੈ 4 ਦਿਨ ਆਰਾਮ ਗੱਲ ਐਂ ਤਸੱਲੀ ਕਰ ਉਹ ਵੀ ਇਹ ਨਹੀਂ ਵੀ ਉਹ 2 ਬੰਦੇ ਨਾ ਬਾਜ਼ਾਰ ਜਾ ਸਕਦੇ ਸਿਰਫ ਆਪਣਾ ਕੱਲ ਤੁਸੀਂ ਐਂ ਹਿਸਾਬ ਲਾ ਲਓ ਰਾਜੂ ਗੇੜਾ ਦੇਣ ਲੱਗਿਆ ਦਰਾੜ ਪਾ ਕੇ ਗੁੱਲੀ ਜੀ ਆ ਪਿੰਨ ਜੀ ਕਿੰਨੀ ਮਜ਼ਬੂਤ ਆ ਤੋੜ ਕੇ ਮਾਰੀ ਕਟਰ ਇੰਨਾ ਇੱਕ ਸੂਤ ਕਟਰ ਨਹੀਂ ਹਿੱਲਿਆ ਹੈਗਾ ਵੀ ਖੜਨੇ ਕਰਕੇ ਇੰਨਾ ਜਾਮ ਹੋ ਗਿਆ ਇੱਕ ਸੂਤ ਕਟਰ ਦਾ ਇੱਕ ਕਿਆ ਹੁੰਦਾ ਇੱਕ ਸੂਤ ਤੱਕ ਨਹੀਂ ਹਿੱਲਿਆ ਹੈਗਾ ਬਿਲਕੁਲ ਜੀ ਕਹਿਣਾ ਸੌਖਾ ਬਾਈ ਐਂ ਵੀ ਅਗਲਾ ਐਂ ਵੀ ਕਹਿ ਦਿੰਦਾ ਯਾਰ ਮੱਕੀ ਕੀ ਆ ਕਟਰੇ ਰਿਪੇਅਰ ਕਰਨਾ ਲੈ ਲਈ ਬਾਈ 5000 ਰੁਪਇਆ ਆ ਜੀ ਪਰ ਬਾਈ 5000 ਵਾਲਾ ਕੰਮ ਨਹੀਂ ਹੈਗਾ ਸਾਨੂੰ ਜੇ ਕਹੇ ਨਾ ਕੋਈ ਵੀ ਬਾਈ 10000 ਰੁਪਇਆ ਦੇਵਾਂਗੇ ਰਿਪੇਅਰ ਕਰ ਦਿਓ ਕਟਰ 10000 ਵੀ ਬਾਈ 12 ਨਹੀਂ ਖਾਂਦਾ ਇਹਦਾ
ਕੱਟੋ ਕੱਟ ਵੀ ਤਾਂ 15000 ਰੁਪਇਆ ਬੰਦਾ ਰੱਖ ਕੇ ਆਪਣਾ ਆਪਦਾ ਨਾਲ 12 ਖਾਊਗੀ ਹਾਂ ਕਿਤੇ ਜਾ ਕੇ ਜੇ ਠੇਕਾ ਹੀ ਮਾਰਨਾ ਤੇ ਠੇਕਾ ਘੱਟ ਤੋਂ ਘੱਟ ਨਹੀਂ ਤੇ 20 ਤੋਂ 25 30 ਲਗਭਗ ਵੀ ਬੰਦਾ ਆਪਦਾ ਲੈ ਆਣਾ ਦਿਹਾੜੀਆਂ ਵੀ ਚਾਰ ਲਾਉਣੀਆਂ 1000 ਰੁਪਏ ਤੋਂ ਘੱਟ ਕੋਈ ਦਿਹਾੜੀ ਨਹੀਂ ਲੈਂਦਾ ਇਸ ਟਾਈਮ ਇਦਾਂ ਦੇ ਕੰਮ 'ਚ 1000 ਰੁਪਏ ਤਾਂ ਆਮ ਗੱਲ ਹੋ ਗਈ ਯਾਰ ਤੁਹਾਨੂੰ ਪਤਾ ਹੁਣ ਆਪਣੇ ਕਿਹੜਾ ਜ਼ਮੀਨਾਂ ਕੋਈ ਜ਼ਿੰਮੇ ਜਾਂ ਕੋਈ ਹੋਰ ਸਾਡਾ ਸਾਧਨ ਹੈ ਨਾ ਇਹੀ ਆ ਵੀ ਜਿਹੜੀ ਦਿਹਾੜੀ ਕਮਾ ਲਈ ਉਹੀ ਸ਼ਾਮ ਮੈਂ ਕਹਿੰਦਾ ਬਾਈ ਸਵੇਰ ਦੇ ਹੱਥਾਂ ਦੇ ਕੋਈ ਉਹ ਬੁਲੇਟ ਵੱਜ ਜਾਂਦਾ ਵਾ ਹੱਥਾਂ ਦੇ ਟਾਕੀ ਲੱਗ ਗਈ ਇੱਧਰ ਥੋੜੀ ਵੱਜੀ ਲੈ ਆਹ ਵੱਜੀ ਥੋੜੀ ਦੇਖ ਕੇ ਆਇਆ ਜਾ ਵਿੱਚ ਡੇਲ ਵਰਗਾ ਪੈਰ ਠੀਕ ਆ ਆਹ ਵੱਜੀ ਤੇਰੇ ਸਵੇਰੇ ਪਾ ਫਰੌਂਕ ਵੱਜੀ ਕੋ ਕਿੱਲੀ ਜੀ ਸੂਆ ਜਾਂ ਨਿਕਲ ਗਿਆ ਹਾਂ ਮੇਰੇ ਹੱਥ ਸਾਰਾ ਕਟਾਣਾ ਭਰ ਗਿਆ ਆਹ ਕਚਰਾ ਬੈਰਿੰਗ ਦੀ ਕੋਨ ਦਾ ਕਚਰਾ ਚਲ ਗਿਆ ਅੰਦਰ ਬਾਈ ਕਹਿਣਾ ਸੌਖਾ ਪਰ ਕਰਨਾ ਬਹੁਤ ਔਖਾ ਐ ਸਾਡੇ ਕਿਹੜਾ ਜ਼ਮੀਨਾਂ ਰੋਲਦੀਆਂ ਪਿੱਛੇ ਇਹੀ ਦਿਹਾੜੀ ਕਰਨੀ ਇਹੀ ਖਾਣੀ ਆ ਜਿਹਦੇ ਕਰਨੀ ਉਹਨੂੰ ਫਿਕਰ ਹੁੰਦਾ ਨਾ ਬਾਕੀ ਦਾ ਸਿਸਟਮ ਬੜਾ ਵਧੀਆ ਮੈਨੂੰ ਲੱਗਿਆ ਜਿਹੜਾ ਹੋਰ ਪਤਾ ਨਹੀਂ ਹੋਰ ਆਪਾਂ ਨੇ ਕਟਰ ਖੋਲਿਆ ਹੈ ਨਹੀਂ ਜੇ ਐਵੇਂ ਊਂ ਕਹੀ ਜਾਈਏ ਵੀ ਇਹਦਾ ਐਕਸਲ ਵਾਲਾ ਕੰਮ ਕਰਿਆ ਦੇਖੋ ਕਰਾਸ ਵਾਲਾ ਇਹ ਬਲੇਡ ਆਪਾਂ ਨੇ ਬਸ ਜਾ ਕੇ ਉੱਥੇ ਐਕਸਲ ਕੰਪਲੀ ਗੇਅਰ ਨੂੰ ਸਿੱਧੀ ਕੰਪਲੀਨ ਚੜਾ ਕੇ ਮੂਹਰੇ ਦੋ ਨਟ ਕੱਸ ਕੇ ਜਿਹਦੇ ਤਾਂ ਆਹ ਬਲੇਡ ਸਿਸਟਮ ਰੂਲਾ ਮੂਹਰੇ ਫਿੱਟ ਹੋ ਜਾਣਾ ਅਦੋ ਚੇਂਜ ਕਰ ਸਕਦੇ ਚੇਂਜ ਕਰਨਾ ਵੀ ਸੌਖਾ ਹੈ ਪਾਈਏ ਫਿਰ ਕਿਹੜਾ ਪਰ ਸਭ ਤੋਂ ਇਹਦਾ ਵੱਡਾ ਕੰਮ ਆ ਵੀ ਜੇ ਕੋਈ ਬੈਰਿੰਗ ਰੱਬ ਨਾ ਕਰੇ ਬ੍ਰੇਕ ਡਾਊਨ ਆਉਂਦੀ ਆ ਅੱਧੀ ਦਿਹਾੜੀ ਅੱਧੀ ਗਿਆ ਪੂਰੀ ਦਿਹਾੜੀ ਉਹ ਖਾ ਜਾਣੀ ਆ ਆਈਏ ਫਿਰ ਅੱਜ ਬੇੜਾ ਬੈਰਿੰਗ ਕੋਈ ਖਾਸ ਬੈਰਿੰਗ ਨਹੀਂ ਗੀ ਉਹੀ 5 ਦੇ 6 ਦੇ ਬੈਰਿੰਗ ਆ ਹਾਂ 5 6 ਦੇ ਬੈਰਿੰਗ ਆ ਪਰ ਸਭ ਤੋਂ ਵੱਡੀ ਗੱਲ ਕੱਢਣੇ ਹੀ ਔਖੇ ਆ ਸਭ ਤੋਂ ਜ਼ਿਆਦਾ ਬੈਰਿੰਗ ਇਹ ਜੇ ਕਟਰ ਦੇ ਵਿੱਚ ਸਭ ਤੋਂ ਜ਼ਿਆਦਾ 6205 ਨੰਬਰ ਬੈਰਿੰਗ ਦੇਖ ਲੈ ਤੂੰ 24 48 48 ਤੇ 48 ਕੁਛ ਨੀ ਚੱਲਣਾ ਗਾ ਸਿੱਧੀ ਫੈਕਟਰੀ ਵਾਲੇ ਨਾਲ ਗੱਲ ਕਰ ਰਹੇ ਆ ਗੱਲ ਹੋ ਚੁੱਕੀ ਆ ਤੇ ਹੁਣ ਮਨਿੰਦਰ ਭਾਈ ਨੇ ਜਾਣਾ ਕਿਸੇ ਦਿਨ ਮਿਲਣ ਕਿਉਂਕਿ ਇਸ ਹਿਸਾਬ ਨਾਲ ਤਾਂ ਦੁਕਾਨਦਾਰ ਨੇ ਵੀ ਜਵਾਬ ਦੇ ਜਾਣਾ ਵਾ ਉਹਨੇ ਕੱਲ ਮਿਲਦਾ ਉਹਨੂੰ ਕਿਹਾ ਸੀਗਾ 24 ਬੈਰਿੰਗ ਭੇਜੀ ਬਾਅਦ ਵਿੱਚ ਜਦੋਂ ਸ਼ਾਮ ਨੂੰ ਤੇ ਉਹਨੇ 12 ਹੀ ਭੇਜੇ ਕਹਿੰਦੇ ਬਾਈ ਇੰਨੇ ਹੀ ਆ ਹਲੇ ਤਾਂ ਬੈਰਾਂ ਇੰਨੇ ਛੋਟੇ ਬੈਰਿੰਗ ਆ ਨਾ ਮੱਕੀ ਤੁਹਾਡੇ ਰੀ ਦੇ ਇੱਧਰ ਤਾਂ ਰੱਖਦੇ ਵੀ ਆ ਸਾਡੇ ਰੀ ਤਾਂ ਇੰਨੇ ਵੀ ਨਹੀਂ ਮਿਲਣੇ ਉਹ ਸਹੀ ਜਿਹਾ ਮੱਕੀ ਦਾ ਨਾ ਮੱਕੀ ਕਰਕੇ ਰੱਖਦੇ ਆ ਬਾਕੀ ਮਸ਼ੀਨ ਆਪਣੀ ਸਾਰੀ ਗਰੀਸ ਪਾਣੀ ਆ ਨਾ ਓਕੇ ਆ ਓਕੇ ਆ ਦੇਖਦੇ ਇਹਨੂੰ ਹੁਣ ਫਿਰ ਲੀਵਰ ਲਾ ਕੇ ਕਿਆ ਕਹਿੰਦੇ ਆਜੂ ਪਾਈਏ ਗੇੜਾ ਹਾਂਜੀ ਥੋੜੀ ਚੈਨ ਢਿੱਲੀ ਆ ਇਹ ਕੱਸਣ ਲੱਗੇ ਸੀ ਕਿ ਲੱਗੇ ਸੀ ਕੱਸਣ ਇਹ ਚਲੋ ਜੀ ਬਾਕੀ ਗੇੜਾ ਪਾਉਣ ਲੱਗੇ ਫੇਰ ਤੁਹਾਨੂੰ ਮਿਲਦੇ ਆ
ਨੌਕਰ ਦਾ ਲਾਤਾ।